मैपल लीफ की वाइट सीमेंट बेस एचडी पट्टी। जब बेस ही ना हो सिट्राउ तो सब कुछ होगा रॉन्ग। वीवर्स गाले के आस्ते मेरे को चिड़ी साई है जी साई साई करा देना वाला साई मतलब के साई हूँ भावे इधर ना तू आई है चिड़ी साई मेरा यार साड़ा सीनियर मोस्ट मेरा बड़ा प्यारा फनकार एक रिक्वेस्ट लेके आया मेरे को ऐसे में मैं कहूँ तुम्हें शेयर जरूर करनी क्योंकि रिक्वेस्ट है बड़ी मजेदार दस भाई की चल रहा है दिल कर बोलदा जी बस है मेरा दिल कर बोलदा मैं फैसला बदल तो रखे हां जी बस दिल ते तेरा पिछले 40 सालों तो कर बोंदा हुन की गल हुई हुन ना ब्याह जाना नहीं कदे केदा रिश्ते बारहवीं आखिर कितने करना सी ना यार खाशदार की कर लिया करना तू ब्याह नारा नहीं सुनिया ड्रामे लाने मुंडे क्यों पटन की गल की पलवान ना ब्याह कर ला पट सोने लगते है तू शीजा ना क्यों करना फिर नहीं जी मेरा तेरे कल बहुत एक पटन वाला बंदा मेरा बहुत अच्छा वाकिफ तू मुंह तक रे वापसी बंदा ले आ जी ओ बात कर दे मारने ब्याह तो पहले यार विकी मैं सीरियस हूं मजाक नहीं कर चल ऐसे चल जा तू क्यों कहना मैं ब्याह कर रहा हूं अच्छा जी चल अच्छा जी दफा होना जी नाज़रीन इंतजार की घड़ियां खत्म आफ्टर लॉन्ग टाइम मैंने के बड़े लंबे इंतजार तो बाद आज सारी सुपरस्टार मेरे नाल तुसीं वेख रहे होवोगे लखां दिलां दी धड़कन छुड़ा दी चीती बब्बर शेर एक बारी फिर शीजा भट मोटियां पिनियां मोटे पट शीजा भट क्या किन्हीं कहना मोटियां पिनियां मोटे पट शीजा भट ते शीजा भट अस्सलाम वालेकुम जी जनाब सब कैसे ने ठीक ठाक ने मैं खुद ही अपना तारीफ करवाऊंगी लो जी मैं लाहौर नाज थिएटर च आई हां 8 साल बाद मेरी वापसी है लाहौर हाँ लाहौर मेरी 8 साल बाद वापसी है और अल्लाह खैर करे जिन्हें भी मेरे फैन ने जिन्होंने इंतजार से कि लाहौर की दो आएगी लाहौर की दो आएगी लो जी मैं आ गई हूँ वापस तुसी भी आ जाओ वापस ठीक है और विकी साहब तुसी और सुनाओ जी थोड़ा की करैक्टर है मेरा इस ड्रामे का नाम है जी गाँव की गोरी जी नाज थिएटर लाहौर से आज स्टार्ट हुआ ड्रामा 15 दिसंबर हाँ जी आज ते नाज थिएटर से बैठे हैं इस टाइम शीना भट्ट साहब के मेकअप रूम च बैठे हैं ते इस ड्रामे च रोल है जी मेरा हकीम दा लाहौर खैर करे मेरे ते रहम करे मैं सुपरस्टार च फस गई आके और जेड़े बोलन च बड़ी देर दी हो रही है
ਹਲਚਲਾਂ ਬੰਦ ਕਰਤੀਆਂ। ਲੇਕਿਨ ਸਭ ਤੋਂ ਪਹਿਲੇ ਪਤਾ ਕਿ ਮੇਰੀ ਖੁਸ਼ੀ ਕੀ ਹੈ ਕਿ ਮੈਂ ਆਪਣੇ ਦੋਸਤਾਂ 'ਚ ਵਾਪਸ ਆਈ ਹਾਂ। ਅਲਹਮਦੁਲਿਲਾ, ਇਹ ਸਭ ਤੋਂ ਵੱਡੀ ਖੁਸ਼ੀ। ਅਸੀਂ ਕਾਫੀ ਅਰਸੇ ਦੇ ਬਾਅਦ ਇਕੱਠੇ ਹੋਏ ਹਾਂ, ਆਊਟਡੋਰ ਤੇ ਮੈਂ ਕਰ ਹੀ ਰਹੀ ਹਾਂ। ਕਿਉਂਕਿ ਸਿੱਧਾ ਸਿਆਣੇ ਕਹਿੰਦੇ ਨੇ ਕਿ ਦੋਸਤਾਂ ਨੂੰ ਮਿਲਦੇ ਰਹੋਗੇ ਨਾ ਤੇ ਕਦੀ ਬੁੱਢੇ ਨਹੀਂ ਹੋਵੋਗੇ। ਕੈਸੀ ਗੱਲ ਹੈ? ਇਹ ਗੱਲ ਗਲਤ ਕਰ ਦਿੱਤੀ ਹੈ, ਤੁਹਾਨੂੰ ਨਹੀਂ ਪਤਾ ਬੁੱਢੇ ਕੀ ਮਤਲਬ। ਦੋਸਤਾਂ ਨੂੰ ਮਿਲਦੇ ਰਹੋਗੇ ਤੇ ਤੁਹਾਡੀ ਜ਼ਿੰਦਗੀ ਵਧੇਗੀ। ਹਾਂ, ਤੁਹਾਡੀਆਂ ਖੁਸ਼ੀਆਂ ਵਧਣਗੀਆਂ, ਤੁਹਾਡੇ ਜਜ਼ਬਾਤ ਵਧਣਗੇ। ਤੁਸੀਂ ਜਜ਼ਬਾਤਾਂ ਦੇ ਪਾਓ ਨਾ ਪਾਣੀ, ਅਗਲੀ ਗੱਲ ਕਰੋ। ਗੱਲ ਨਹੀਂ, ਦੋਸਤਾਂ ਨਾਲ ਲੈ ਜੀ। ਮੈਂ ਦਰਵਾਜ਼ੇ ਦੀ ਸੱਚੀ ਗੱਲ ਦੱਸਦਾ, ਭਾਵੇਂ ਇਹਦੇ ਬੱਚੇ ਵੀ ਸੁਣਨ, ਬੀਵੀ ਨੇ ਤਾਂ ਸੁਣਨਾ ਹੀ ਸੁਣਨਾ। ਉਹ ਤੇਰਾ ਬੇੜਾ, ਤੇਰਾ ਤੇ ਅੱਛਾ ਖਾਸਾ ਹੈ। ਲੋ ਜੀ, 8 ਸਾਲ ਤੋਂ ਮੇਰੇ ਮਿੰਤਾ ਤਰਲੇ 'ਚ ਪਿਆ ਹੋਇਆ। ਸ਼ੀਜ਼ਾ, ਤੇਰੀ ਮਿਹਰਬਾਨੀ, ਮੈਂ ਤੇਰੇ ਨਾਲ ਬੜਾ ਪਿਆਰ ਕਰਨਾ, ਬੜਾ ਪਿਆਰ ਕਰਨਾ। ਮੈਂ ਕਿ ਮੈਂ ਤੇਰੇ ਨਾਲ ਫਸੇ ਜਾਵਾਂ, ਤੇਰੇ ਪਿੱਛੇ ਟੈਨਸ਼ਨਾਂ ਬੜੀਆਂ ਨੇ, ਤੇਰੀ ਮਿਹਰਬਾਨੀ, ਤੇਰੀ ਟੈਨਸ਼ਨਾਂ ਵੀ ਮੇਰੇ ਪੱਲੇ ਪੈ ਜਾਣਗੀਆਂ, ਅੱਲਾ ਦਾ ਵਾਸਤੇ ਮੈਨੂੰ ਮਾਫੀ ਦੇ। ਇੱਕ ਵਾਰੀ ਇਹਨੇ ਮੈਨੂੰ ਇਹ ਵੀ ਕਿਹਾ ਕਿ ਯਾਰ ਤੇਰੀਆਂ ਤਾਂ ਕੁਛ ਵੀ ਨਹੀਂ ਜਿਹੜੀਆਂ ਮੇਰੀਆਂ ਨੇ, ਇਹ ਸਾਡੀਆਂ ਦੋਵਾਂ ਦੀਆਂ ਮਿਲ ਗਈਆਂ, ਤੇ ਬੇੜਾ ਗਰਕ ਹੋ ਜਾਏਗਾ। ਤੇ ਅਸੀਂ ਦਾ ਕੈਸਾ ਲੱਗਾ ਮਾਹੌਲ ਯਾਰ, ਨਾ ਸੇਠ ਨੇ ਕਰਸੇ ਬਾਅਦ, ਖੈਰ ਅਸੀਂ ਵੀ ਬੜੇ ਯਾਰ ਲੋਹਾਰ, ਮੈਂ ਕਾਫੀ ਦੇਰ ਬਾਅਦ ਕੰਮ ਕਰਨ ਲੱਗੀ ਆ। ਪਤਾ ਕਿ ਥੋੜੀ ਜੀ ਪਰੇਸ਼ਾਨ ਆ, ਟੈਨਸ਼ਨ ਚਾਂ ਕਿ ਮਤਲਬ ਇੱਥੇ ਦੇ ਹਲੇ ਕੰਮ ਨੂੰ ਸਮਝ ਨਹੀਂ ਆ ਰਿਹਾ। ਆਊਟਡੋਰ ਇੰਨਾ ਕੁ ਕੰਮ ਕਰ ਲਿਆ, ਆਊਟਡੋਰ ਸਮਝ ਆ ਗਿਆ ਯਾਰ। ਇੱਥੇ ਇੰਨਾ ਕੀਤਾ, ਟਾਈਮ ਨਹੀਂ ਲੱਗਣਾ ਦਾਦਾ। 8 ਸਾਲ ਤੋਂ ਬਾਅਦ ਵਾਪਸੀ ਹੋਈ ਹੈ, ਹਲੇ ਕਿ ਮੈਂ ਮਤਲਬ ਕੋਈ ਯਕਦਮ ਤੇ ਮੇਰਾ ਰਾਤੋ ਰਾਤ ਡੀਲ ਹੋਈ, ਫਿਰ ਮੈਂ ਇੱਥੇ ਆਈ, ਕੋਈ ਆਈਟਮ ਨਹੀਂ ਸੈੱਟ ਕੀਤੀ ਕਿਉਂਕਿ ਸਾਦਾ ਜਿਹਾ ਗਾਣਾ ਕਰ ਰਹੀ ਹਾਂ, ਅੱਲਾ ਦੇ ਸਪੁਰਤ, ਤੇ ਉਸ ਤੋਂ ਬਾਅਦ ਬੰਦਿਆਂ ਦੇ ਸਪੁਰਤ। ਜਵਾਨੀ ਦਾ ਪਹਾੜਾ ਪੜ੍ਹ ਲੈਵੇ ਦਿਲਦਾਰਾ, ਪੜ੍ਹਾਏਗਾ ਤੇ ਦਿਲਦਾਰ ਮੈਂ ਬਣਾਵਾਂਗੀ। ਮੇਰੇ ਦਿਲ ਦੀ ਕਿਤਾਬ ਖੁੱਲ ਗਈ ਮਾਇਆ, ਮੈਂ ਪਤਾ ਨਹੀਂ ਕਿਸੇ ਰੋਲ, ਮੇਰਾ ਦਿਲ ਹੀ ਨਹੀਂ ਕਰ ਰਿਹਾ ਕਿ ਮੈਂ ਗੱਲ ਬੰਦ ਕਰਾਂ। ਗੱਲ ਬੰਦ ਕਰਨ ਨੂੰ ਦਿਲ ਨਹੀਂ ਕਰ ਰਿਹਾ? ਹਾਂ, ਅੱਛਾ, ਅੱਜ ਸਾਰਿਆਂ ਦੇ ਸਾਹਮਣੇ ਇਕਰਾਰ ਤੇ ਕਰ, ਤੇਰੇ ਹੀ ਚੈਨਲ ਹੈ ਨਾ? ਆ ਚੈਨਲ ਤੇ ਮੇਰਾ, ਤੇ ਦੱਸ ਇਹਨਾਂ ਨਾਲ ਮੇਰੇ ਨਾਲ ਕਿੰਨਾ ਪਿਆਰ ਕਰਨਾ ਹੈ? ਮੈਂ ਹੈ ਦੱਸ ਦੇ, ਨਹੀਂ ਸ਼ੀਰਾ ਨਾਲ ਵਾਕਈ ਮੈਨੂੰ ਦਿਲੋਂ ਪਿਆਰ ਹੈ। ਹਾਂ, ਰਾਜ ਦਾ ਨਹੀਂ, ਗੱਬੜੀ ਧੀਰ ਦਾ ਹੈ। ਹਾਂ, ਮੈਨੂੰ ਵਾਕਈ ਪਿਆਰ ਹੈ ਜੀ। ਹਟ ਤੇ ਔਰ ਬੜੀ ਉਲੂ ਦੀ ਪੱਟੀ ਇਹਨੇ ਨਾ, ਲਾਜ਼ਮੀ ਕੋਈ ਨਾ ਕੋਈ ਪੰਚ ਦੇਣੀ ਹੁੰਦੀ ਹੈ। ਹਾਂ, ਤੇ ਇਹ ਤੁਹਾਨੂੰ ਪਤਾ ਹੀ ਹੈ ਸ਼ੀਰਾ। ਅੱਛਾ, ਮੇਰੀ ਗੱਲ ਤੇ ਸੁਣੋ ਤੁਸੀਂ, ਇੱਧਰ ਤੇ ਦੇਖੋ ਸ਼ੀਰਾ। ਹਾਂ, ਕੈਮਰਾ ਚੱਲ ਰਿਹਾ। ਹਾਂ, ਤੇ ਜਿਹੜਾ ਤੇਰਾ ਕੰਮ ਚੱਲ ਰਿਹਾ, ਤੁਹਾਨੂੰ ਤੁਹਾਡੀ ਮਾਂ ਦੀ ਕਸਮ, ਇਹ ਚੀਜ਼ ਐਡੀਟਿੰਗ ਨਹੀਂ ਕਰਨੀ, ਆ ਮੈਂ ਤੁਹਾਨੂੰ ਦੱਸ ਦਿਆਂ। ਚੱਲ ਦੱਸ ਦੇ, ਲੇਕਿਨ ਮੇਰੀ ਇੱਕ ਸ਼ਰਤ ਹੈ ਕਿ ਕੰਮ ਮੈਂ ਕਰਾਂਗੀ, ਤੂੰ ਬੈਠ ਕੇ ਘਰ ਖਾਏਗਾ। ਇਹ ਤੇ ਫਿਰ ਤੂੰ ਜਗ੍ਹਾ ਦਾ ਇੰਤਜ਼ਾਮ ਕਰੀ। ਅਸਾਂ ਜੀ ਸ਼ੀਰਾ ਵਟਸਐਪ ਆ, ਸ਼ਰਾਰਤਾਂ ਮਿੱਠੀਆਂ ਮਿੱਠੀਆਂ ਦੀ ਆਦਤ ਹੈ, ਇਹ ਸਾਡਾ ਬੜਾ ਇਹ ਭਾਈ ਹੈਗਾ, ਪੂਰਾ ਯਾਰ ਹੈ ਸਾਡਾ, ਅੱਲਾ ਨੂੰ ਜ਼ਿੰਦਗੀ ਦੇ। ਅਤੇ ਲਓ ਫਿਰ ਮੁਲਾਕਾਤ ਹੁੰਦੀ, ਮੁੱਕੇ ਮੰਮੀ ਗੈਟਅਪ ਕਰਨਾ ਹੈ, ਸ਼ੀਰਾ ਵਟਸਐਪ ਵੀ ਰੈਡੀ ਹੋ ਰਹੇ ਨੇ, ਪੂਰੀ ਟੀਮ ਰੈਡੀ ਹੋ ਰਹੀ ਹੈ, ਮੈਂ ਹੀ ਲੇਟ ਹਾਂ, ਅਤੇ ਮੁਲਾਕਾਤ ਹੁੰਦੀ ਇਨਸ਼ਾਅੱਲਾ ਥੋੜ੍ਹੀ ਦੇਰ ਬਾਅਦ।